ਤੁਹਾਨੂੰ ਸ਼ੁਗਲ ਦੀ ਗੱਲ ਦੱਸਾਂ, ਮਨੀਰ ਨੇ ਛਾੜ ਮਾਰੀ, ਉਹ ਉੱਥੇ ਆਂਟੀਆਂ ਬੈਠੀਆਂ ਉਹ ਦਰਖਤ ਦੇ ਪਿੱਛੇ, ਜਾ ਉਹਦੀ ਵੱਖੀ 'ਚ ਵੱਜੀ, ਹੁਣ ਵੱਖੀ 'ਚ ਵੱਜੀ, ਚੁੱਪ ਕਰਕੇ ਬੈਠੀ ਬੋਲੀ ਸੀ, ਕਿਉਂਕਿ ਉਹਦਾ ਬੰਦਾ ਉਹਨਾਂ ਲੱਗਦਾ ਨਾਲ ਖੇਲਣ ਲਿਆ। ਲੈ ਵੀ ਆਊਟ, ਇੰਨੀਆਂ ਪਿੱਛੇ ਬਾਲਾਂ ਮਾਰਨ ਦੇ, ਜੇ ਕਰ ਲਾ ਕਰ ਲਾ, ਹਾਏ ਹਾਏ ਕਰ ਲਿਆ ਜੀ, ਕਰ ਲਿਆ ਜੀ, ਕਰ ਲਿਆ ਜੀ, ਲਿਆਓ ਮੇਰੀ ਵਾਰੀ, ਰਨਿੰਗ ਨਹੀਂ ਹੁੰਦੀ ਹੈ ਮੇਰੀ ਵਾਰੀ। ਅਸਲਾਮੁ ਅਲੈਕੁਮ ਦੋਸਤੋ, ਕੀ ਹਾਲ ਚਾਲ ਆ, ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਦਾ ਵਲੋਗ ਸ਼ੁਰੂ ਹੋ ਗਿਆ ਸੀ ਕੱਲ੍ਹ ਰਾਤ ਹੀ, ਕੱਲ੍ਹ ਕੁਛ ਕਜ਼ਨ ਆਏ ਸੀਗੇ, ਦੋ ਕੁ ਵਾਹਵਾ ਦੂਰੋਂ ਆਏ ਸੀ, ਕਹਿੰਦੇ ਸੀ ਸਾਡੀ ਵੀਡੀਓ ਹੁਣੀ ਬਣਾ ਲਿਆ ਕੱਲ੍ਹ ਨੂੰ ਐਡ ਕਰ ਲਈ, ਮਿਸਤਰੀ ਅੱਜ ਫਿਰ ਧੋਖਾ ਦੇ ਗਏ, ਆਏ ਨੀਗੇ। ਸੁਬਹਾ ਸੁਬਹਾ ਫੋਨ ਕੀਤਾ ਸੀਗਾ ਠੇਕੇਦਾਰ, ਉਹਨਾਂ ਤੈਨੂੰ ਕਹਿੰਦਾ ਸੀ ਮੈਂ ਭੇਜ ਦਿੰਦਾ ਵਾਂ, ਪਰ ਫਿਰ ਵੀ ਨਹੀਂ ਆਏ। ਪਰ ਅੱਜ ਤੁਹਾਨੂੰ ਉਹਨਾਂ ਦਾ ਤਾਰਫ ਕਰਵਾਉਂਦੇ ਹਾਂ, ਤੋਂ ਬਾਅਦ ਅਤੇ ਉਹ ਤੋਂ ਬਾਅਦ ਫਿਰ ਅੱਜ ਕ੍ਰਿਕਟ ਦੀ ਜਿਹੜਾ ਆਪਾਂ ਉੱਧਰ ਮੈਚ ਖੇਲੇ ਨਾ ਦੋ, ਉਹ ਸਾਰੇ ਮੈਨੂੰ ਵਾਰ ਵਾਰ ਕਹਿਣ ਦੇ ਕਿ ਉਹ ਮੈਚ ਦੀ ਵੀਡੀਓ ਦੁਬਾਰਾ ਲਾ ਸਹੀ ਤਰ੍ਹਾਂ ਐਡ ਕਰਕੇ, ਦੋਵੇਂ ਮੈਚ ਜਿਹੜੇ ਪੂਰੇ ਖੇਲੇ ਨਾ ਉਹ ਪੂਰੇ ਮੈਚ ਦੀ ਵੀਡੀਓ ਲਾ। ਅੱਜ ਤੁਹਾਨੂੰ ਮੈਚ ਦਿਖਾਉਂਦੇ ਹਾਂ ਅਤੇ ਮੈਚ ਤੋਂ ਬਾਅਦ ਤੁਹਾਨੂੰ ਮੈਂ ਉਹਦੀ ਹਕੀਕਤ ਦੱਸਦਾ ਵਾਂ। ਜਿਹੜਾ ਅਸੀਂ ਦੂਸਰਾ ਮੈਚ ਹਾਰੇ ਸੀ ਨਾ, ਅਸੀਂ ਜਿੱਤੇ ਸੀਗੇ, ਉਹ ਜਿੱਤੇ ਕਿੱਦਾਂ ਸੀਗੇ ਮੈਚ ਪਹਿਲੇ ਦੇਖ ਲਓ, ਉਸ ਤੋਂ ਬਾਅਦ ਤੁਹਾਨੂੰ ਫਿਰ ਮੈਂ ਦਿਖਾਵਾਂਗਾ। ਡੈਂਪ ਪੈ ਗਿਆ ਅਤੇ ਬੰਦੇ ਡੈਂਪ ਦੇਖਣ ਆਏ ਨੇ, ਆਹ ਬੰਦਾ ਮੈਂ ਬੂਰਿਓ ਸੱਦਿਆ ਡੈਂਪ ਦਿਖਾਉਣ ਵਾਸਤੇ, ਆਹ ਜਿਸ਼ਾਨ ਭਾਈ ਨੇ ਡਾਕਟਰ ਨੇ, ਆਹ ਆਪਣੇ ਸਿਆਸਤਦਾਨ ਨੇ ਭਾਈ, ਜਿਸ਼ਾਨ ਭਾਈ ਹਾਰਟ ਸਪੈਸ਼ਲਿਸਟ ਨੇ, ਇਹ ਆਪਣਾ ਮਾਮੂ ਦੇ ਬੇਟੇ ਨੇ ਇੱਥੇ ਲਾਗੋ ਹੀ ਆਏ ਨੇ, ਕਹਿੰਦੇ ਡੈਂਪ ਦੇਖ ਕੇ ਆਉਣਾ ਤੇਰੀ ਗੱਡੀ ਦਾ, ਆਹ ਮਾਸ਼ਾਅੱਲਾ ਨਵੀਂ ਨਵੀਂ ਗੱਡੀ ਦਾ ਤਾਂ ਮੈਂ ਦੱਸਣਾ ਸੀ ਕਿ ਨਵੀਂ ਨਵੀਂ ਗੱਡੀ ਲਈ ਆ, ਡੈਂਪ ਘਰ ਦਾ ਦੇਖ ਗਿਆ ਅਤੇ ਗੱਡੀ ਨਵੀਂ ਨਵੀਂ ਲਈ, ਮਾਸ਼ਾਅੱਲਾ ਇਹ ਕੱਲ੍ਹ ਹੀ ਲੈ ਗਏ, ਕੱਲ੍ਹ ਕਿ ਪਰਸੋਂ ਲਈ ਸੀ, ਪਰਸੋਂ ਲਈ ਜੀ, ਦੋ ਦਿਨ ਹੋ ਗਏ ਗੱਡੀ ਲੈ ਕੇ ਆਏ, ਦਿਖਾਉਣ ਤਾਂ ਗੱਡੀ ਆਏ ਆ ਪਰ ਡੈਂਪ ਦਾ ਬੰਦ ਆ। ਚਲੋ ਬਾਅਦ ਮੈਨੂੰ ਘਰੋਂ ਲੈ ਆ ਮੈਚ ਖੇਲਣਾ, ਉੱਤੋਂ ਹਵਾ ਬੜੀ ਜਾਣ ਲੱਗੀ, ਇਹਦੇ ਕੰਮ ਚੈੱਕ ਕਰੋ, ਪਹਿਲੀ ਬਾਲ ਦੀ ਬੋਲਡ ਹੋ ਗਿਆ, ਪਹਿਲੀ ਬਾਲ ਦੀ ਬੋਲਡ ਘਰੋਂ ਮੈਨੂੰ ਖੇਲਣ ਲਿਆ ਮੈਚ, ਆਓ ਭਾਈ ਖੇਲਣ ਚੱਲੀਏ, ਬੜਾ ਆਸਾਨ ਪਲੇਅਰ ਆ, ਹੈਂ ਆਹ ਕੀ ਕੀਤਾ ਜੀ ਭਾਈ, ਉਹ ਵੱਟੇ ਮਾਰ ਦੇ ਦਰਾਂ, ਵੱਟੇ ਬਾਗ ਮਾਰ ਕਰਾਂ ਦਿਆ, ਆ ਵੇਖੀ ਐਕਸ਼ਨ, ਐਕਸ਼ਨ ਦੇਖ ਲਓ, ਆ ਵੇਖ ਲਈ ਪੂਰੀ ਬਾਗ ਮਾਰ ਕਰਾਂਦਾ, ਵੇਖੀ ਐਕਸ਼ਨ ਉਹਦਾ, ਆ ਵੇਖੀ ਇੱਥੋਂ ਲਿਆ ਕੇ ਭਾਈ ਮਾਰ, ਉਹ ਨਹੀਂ ਵੱਟਾ ਮਾਰਨ ਦਿਆ, ਹੈਂ ਬਾਗ ਮਾਰ ਕਰਾਂਦਾ, ਆ ਲੈ ਅੱਜ ਸਲੋ ਜੀ ਬਾਲ, ਤੁਹਾਨੂੰ ਚਾਹੀਦਾ ਤੁਸੀਂ ਛੱਕਾ ਇੱਦਾਂ ਮਾਰੋ, ਦੂਸਰੀ ਬਾਲ ਤੇ ਬਲਕਿ ਪਹਿਲੀ ਵਾਈਡ ਸੀਗੀ, ਦੂਸਰੀ ਜਿਹੜੀ ਉਹਨੇ ਕਰਾਈ ਬੋਲਡ ਹੋ ਗਿਆ, ਤੇ ਹੁਣ ਉਹ ਉੱਥੇ ਇਲਜ਼ਾਮ ਲਾ ਰਿਹਾ ਕਿ ਵੱਟਾ ਮਾਰਨ ਦਿਆ। ਪਹਿਲੀ ਓਵਰ ਪੂਰੀ ਖੇਲਤੀ ਹੈ ਸਾਡੇ ਖਾਨ ਪਲੇਅਰਾਂ ਨੇ, ਕਿੰਨਾ ਸਕੋਰ ਆ ਭਲਾ, 0, ਉਹ ਪਠਾਨ ਖਾਨ ਓਵਰ ਕਰਾਉਣ ਦਿਆ, ਹਲਕੇ ਹਲਕੇ ਓਵਰ ਵਾਈਡ ਹੋਈ ਨਹੀਂ ਸੀ ਨਾ ਭਾਈ, ਬਾਲ ਮੇਰੇ ਲੱਤਾਂ ਹੀ ਵੱਜ ਕੇ ਬਾਹਰ ਅੰਦਰ ਆ ਗਈ, ਛੱਡ ਵੀ ਦੇਦਾ ਤੂੰ, ਬੋਲਡ ਹੀ ਹੋਣਾ ਸੀਗਾ ਸ਼ੇਖ ਮਨੀਰ, ਮੈਂ ਲਾਂਗਾ ਇਸ ਤੋਂ ਬਾਅਦ ਵਾਰੀ, ਇਸ ਤੋਂ ਬਾਅਦ ਜਾ ਸਕਦਾ ਮੈਂ ਜੇ ਜਾਂਦਾ ਤਾਂ, ਉਸ ਤੋਂ ਵਾਰੀ ਮੈਂ ਲਾਂਗਾ। ਲਓ ਜੀ ਫਾਸਟ ਬਾਲਰ, ਓਏ ਹੋਏ 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 ਹੋਏ, ਕੈਚ ਕਰ ਲਿਆ, ਆਊਟ ਹੋ ਜਾਣਾ ਇਹਨੇ, ਕੁਛ ਨਹੀਂ ਆ ਛੱਗਾ ਵਾ, ਅੱਜ ਤਾਂ ਛੱਗਾ ਸੀਗਾ, ਰੋ ਪਿਆ ਜੀ। ਤੁਹਾਨੂੰ ਸ਼ੁਗਲ ਦੀ ਗੱਲ ਦੱਸਾਂ, ਮਨੀਰ ਨੇ ਛਾੜ ਮਾਰੀ, ਉਹ ਉੱਥੇ ਆਂਟੀਆਂ ਬੈਠੀਆਂ, ਉਹ ਦਰਖਤ ਦੇ ਪਿੱਛੇ, ਜਾ ਉਹਦੀ ਵੱਖੀ 'ਚ ਵੱਜੀ, ਹੁਣ ਵੱਖੀ 'ਚ ਵੱਜੀ, ਚੁੱਪ ਕਰਕੇ ਬੈਠੀ ਬੋਲੀ ਸੀ, ਕਿਉਂਕਿ ਉਹਦਾ ਬੰਦਾ ਉਹਨਾਂ ਲੱਗਦਾ ਨਾਲ ਖੇਲਣ ਲਿਆ। ਲੈ ਵੀ ਆਊਟ, ਇੰਨੀਆਂ ਪਿੱਛੇ ਬਾਲਾਂ ਮਾਰਨ ਦੇ, ਜੇ ਕਰ ਲਾ ਕਰ ਲਾ, ਹਾਏ ਹਾਏ ਕਰ ਲਿਆ ਜੀ, ਕਰ ਲਿਆ ਜੀ, ਕਰ ਲਿਆ ਜੀ, ਲਿਆਓ ਮੇਰੀ ਵਾਰੀ, ਰਨਿੰਗ ਨਹੀਂ ਹੁੰਦੀ ਹੈ ਮੇਰੀ ਵਾਰੀ। ਛੱਕਾ ਬਾਬੇ ਦੇ ਘਰ ਬਾਲ ਗਈ, ਹਾਂ
ਭਾਈ ਨੇ 10 ਮਿੰਟ ਦਾ ਛੱਕਾ ਮਾਰ ਉਹ ਲੜ ਪਈ ਦੋਵੇਂ ਹੁਣੇ ਦੋਵੇਂ ਲੜ ਪਏ ਉਹ ਕਹਿੰਦਾ ਮੈਂ ਓਵਰ ਕਰਾਉਣਾ ਕਹਿੰਦਾ ਮੈਂ ਕਰਾਉਣਾ ਉਹ ਬਾਲ ਫੜ ਕੇ ਅੱਗੇ ਅੱਗੇ ਫਿਰਨ ਦਿਆ ਇਹ ਗਲੀ ਕ੍ਰਿਕਟ ਜਾ ਰਹੀ ਗਰਾਊਂਡ 'ਚ ਵੀ ਬਾਲ ਦੇ ਇਹਨੂੰ ਜਿਹੜਾ ਮਰਜ਼ੀ ਕਰ ਲਓ ਇੱਕ ਓਵਰ ਆ ਚਾਰ ਓਵਰ ਆ ਦੋ ਦੋ ਕਰ ਲਓ ਦੋ ਦੋ ਕਰ ਲਓ ਜਦੋਂ ਜਦੋਂ ਸਕੋਰ ਪੂਰਾ ਕਰਾਓ ਅਗਲਾ ਲਾਈਏ ਹਾਂ ਦੋ ਬੈਕ ਟੂ ਬੈਕ ਛੱਕੇ ਮਾਰੇ ਨੇ ਤੀਸਰਾ ਮੁੜ ਕੇ ਮਾਰਿਆ ਉਹ ਵੀਡੀਓ ਨਹੀਂ ਬਣਾਈ ਚੌਰ ਇਹਨੇ ਮਸਾਂ ਮਸਾਂ ਤਾਂ ਮੈਂ ਕਿਹਾ ਛੱਕੇ ਵੱਜਦੇ ਤੂੰ ਉਹ ਵੀ ਮਿਸ ਕਰਾ ਦਿੱਤਾ ਹਵਾ ਚੰਗੀ ਚੱਲਣ ਦੀ ਬਾਉਂਡਰੀ ਸਟੇਟ 'ਤੇ ਖਿਲਾਰਤਾ ਵਾ ਇਹਨਾਂ ਨੇ ਹੁਣ ਅਤੇ ਕਹਿ ਨਸਿਆ ਤਾਂ ਜਾਂਦਾ ਨਹੀਂ ਕੈਚ ਮੈਂ ਕੀ ਕਰਦਾ ਜੀ ਚਾਰ ਓਵਰਾਂ ਦਾ ਮੈਚ ਆ ਅਤੇ ਪਹਿਲੇ ਓਵਰ 'ਚ 8 ਸਕੋਰ ਲੱਗਾ ਅਬਦੁੱਲਾ ਦਾ ਓਵਰ ਆ ਗਿਆ ਦੂਸਰਾ ਟੋਟਲ ਉਹਨਾਂ ਨੇ ਕਿੰਨਾ ਕਰਨਾ ਉਹ ਟਾਰਗੇਟ ਕਿੰਨੇ ਦਾ 46 ਟੋਟਲ ਕਰਨਾ ਵਾ ਇਹ 8 ਪਹਿਲੇ 'ਚ 3 ਓਵਰ ਬਾਕੀ ਅਲਹਮਦੁਲਿਲਾ ਇੱਕ ਓਵਰ ਕੀਤਾ 8 ਸਕੋਰ ਤੋਂ ਸ਼ੁਰੂ ਹੋਇਆ ਸੀ 30 ਤੇ ਖਤਮ ਹੋਇਆ 4 ਛੱਕੇ ਖਾਧੇ ਅੱਲਾ ਦੀ ਮਿਹਰਬਾਨੀ ਨਾਲ ਕਿੰਨਾ ਸਕੋਰ ਹੋਇਆ ਆਪਣਾ ਆ ਗਿਆ ਦੁਬਾਰਾ ਸਕੋਰ ਖਾਧਾ ਇੱਕ ਓਵਰ 32 ਟੋਟਲ ਹੋ ਗਿਆ 24 ਖਾਧਾ ਤੂੰ 8 ਦੇ ਓਵਰ ਛੱਡ ਕੇ ਗਿਆ ਵਾਹ 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 ਕੀ ਬਾਤ ਹੈ ਇਦਾਂ ਦੀ ਇੱਕ ਓਵਰ ਆਊਟ ਵੀ ਦੱਸੋ ਇੱਕ ਆਊਟ ਕਰਕੇ 32 ਸਕੋਰ ਖਾ ਲਿਆ ਜੀ ਬਸ ਇੱਦਾਂ ਦਾ ਓਵਰ ਇੱਕ ਹੋਰ ਕਰਵਾਇਆ ਤੇ ਮੈਚ ਖਤਮ ਚੱਲ ਸ਼ਾਵਾ ਜਿਹੜਾ ਵੀਕ ਰਹਿ ਗਿਆ ਤੂੰ ਖਾਇਆ ਦੋ ਬਾਲਾਂ ਅੱਗੇ ਸੀ ਘਰ ਸੁੱਟ ਛੱਡੀਆਂ ਨੇ ਇੱਕ ਮੈਂ ਸੁੱਟਤੀ ਸੀਗੀ ਇੱਕ ਉਹ ਪਿੱਛੇ ਵਾਲੇ ਨੇ ਸੁੱਟ ਛੱਡੀ ਹੁਣ ਆਖਰੀ ਬਾਲ ਸੀਗੀ ਅਤੇ ਉਹ ਵੀ ਇੱਥੇ ਕਿਤੇ ਝਾੜੀਆਂ 'ਚ ਆ ਗਈ ਅਤੇ ਲੱਭਣ ਨਹੀਂ ਦੇਈ ਤੋਤਾ ਮੈਂ ਨਾ ਕਿੱਥੇ ਗਈ ਬਾਲ ਕਿੱਥੇ ਗਈ ਬਾਲ ਹੈ ਆਪਣੇ ਵਿਊਵਰਸ ਕੋ ਪੁੱਛੋ ਕਿੱਥੇ ਕਿੱਦਾਂ ਪੁੱਛਣਾ ਬਾਲ ਗਵਾ ਬੈਠੇ ਸੀ ਆਖਰੀ ਸਹਾਰਾ ਸਾਡਾ 4 ਓਵਰਾਂ ਦਾ ਮੈਚ ਹੈ 4 ਓਵਰਾਂ ਦਾ ਮੈਚ ਆਖਰੀ ਸਹਾਰਾ ਤੀਸਰਾ ਓਵਰ ਚੱਲਣ ਦਿਆ ਸੀ ਵਾਰੀ ਲੈਣੀ ਸੀ ਉੱਤੋਂ ਮੈਂ ਤੇ ਚੌਥਾ ਹੀ ਚੱਲਣ ਦਿਆ ਉੱਤੋਂ ਮੇਰੀ ਵਾਰੀ ਯਾਰ ਲੱਭੋ ਬਾਲ ਲੱਭੋ ਤੁਹਾਡੀ ਮਿਹਰਬਾਨੀ ਉੱਤੋਂ ਮੈਂ ਵਾਰੀ ਲੈਣੀ ਹੈ ਸ਼ਹਿਜ਼ਾਦਾ ਲੱਗਾ ਇੰਨੇ ਹੀ ਸੁੱਟੀ ਸੀ ਤੇ ਇੰਨੇ ਹੀ ਲੱਭੀ ਸੀ ਬਸ ਓਵਰ ਮੰਗਾਓ ਛੇਤੀ ਛੇਤੀ ਵਾਰੀ ਲੈਣੀ ਮੈਂ ਉੱਥੋਂ ਗੱਲ ਇੱਦਾਂ ਕਿ 4 ਓਵਰ ਹੋ ਗਏ ਆ ਪੂਰੇ ਨਾ ਵਾਰੀ ਪਹਿਲੀ ਮੇਰੀ ਆ ਤੁਹਾਨੂੰ ਪਤਾ ਵਾ ਮੈਂ ਤੁਹਾਡੇ ਕੋਲ ਵਾਰੀ ਮੰਗੀ ਨੀ ਪਿਛਲੀ ਵਾਰੀ ਬੱਲਾ ਫੜਾ ਦੋ ਮੈਨੂੰ ਚੁੱਪ ਕਰਕੇ ਜੀ ਆਊਟ ਹੋ ਬਾਲ ਘਾੜ ਕੇ ਫਾਂਦ ਮੇਰੀ ਜਾਨ ਪਹਿਲੀ ਦੇਖੋ ਬੈਟ ਆ ਦੇਖੋ ਓ ਯਾਰ ਮੁਕੰਮਲ ਬੈਟ ਦੇ ਭਾਈ ਨੂੰ ਆ ਮੈਨੂੰ ਦੇਣਾ ਉਧਰ ਜਾ ਉਧਰ ਬੱਲਾ ਫੜ ਕੇ ਉਧਰ ਚੱਲ ਜਾ ਚਲੋ ਬਈ ਯਾਰ ਕਿਹਨੂੰ ਦੇਵਾਂ ਮੈਨੂੰ ਭਾਈ ਨੂੰ ਕਿ ਮੈਨੂੰ ਹਾਂ ਬੱਲਾ ਲੈ ਲਿਆ ਵਾਰੀ ਲਏਗਾ ਪਹਿਲੀ ਰਾਣਾ ਆਖਰੀ ਮੈਚ ਆ ਮੈਂ ਕਿਹਾ ਇੱਕ ਓਵਰ ਖੇਡ ਲੈਂਦੇ ਆ ਪਹਿਲਾ ਛੱਕਾ ਬਾਲ ਗਵਾਚ ਗਈ ਵਾਟ ਆ ਗ੍ਰੇਟ ਬਬਲ ਕਰ ਗਈ ਥਾ ਓਠਾ ਤੇ ਆ ਛੇ ਰਿਮਿਕਸ ਇੱਕ ਬਾਲ 6 ਸਕੋਰ ਆਈ ਚੋਕਾ ਸ਼ਾਬਾਸ਼ ਯਾਰ ਉਲਟੇ ਹੋਏ ਭਾਈ ਇਹ ਭਾਈ ਉਲਟੇ ਹੋਏ ਚੋਕਾ ਔਰ ਉਹ ਖਾਂ ਦੇ ਬਾਲ ਥੋੜੀ ਪਿੱਛੇ ਕਰਦੇ ਸੀ
ਤੀਸਰਾ ਬਾਲ ਸਪੀਡੇ ਹੀ ਮਾਰ ਲੱਗ ਗਿਆ ਬਾਲ ਨੂੰ, ਤਿੰਨ ਬਾਲ ਤਿੰਨ ਸਕੋਰ, ਚੌਦਾਂ ਸੌ ਹੋ ਗਿਆ, ਓ ਸੋਰੀ ਤਿੰਨ ਬਾਲ ਦਸ ਸਕੋਰ, ਓਏ ਹੋਏ 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 ਛੱਕਾ ਆਊਟ ਆਫ ਦੀ ਸਟੇਡੀਅਮ ਕਰਾ ਦਈਏ ਚਾਰ ਬਾਲ ਸੋਲਾਂ ਸਕੋਰ ਇੱਕ ਚੌਕਾ ਚਾਰ ਬਾਲ ਸੋਲਾਂ ਸਕੋਰ ਓਏ ਦੋ ਸਕੋਰ ਹੋ ਗਿਆ ਵਾਓ ਫਲੈਪਿੰਗ ਜਿਹੜਾ ਕੀ ਨਜ਼ਰ ਬਾਈ ਬੋਲ ਇਹ ਮੁਰਗੇ ਫਾਈਟਿੰਗ ਕਰਦੇ ਹੋਏ ਔਰ ਬਾਈ ਬੋਲ ਲੈ ਕੇ ਆਤੇ ਹੋਏ ਆਪਣੀ ਮਦਦ ਆਪ ਕੇ ਤਹਿਤ ਤੋਤਾ ਔਰ ਮੈਨਾ ਦਿਖਾਓ ਬਾਈ ਕੋ ਨਹੀਂ ਦੋ ਪਾਂਚ ਬਾਲ ਅਠਾਰਾਂ ਸਕੋਰ ਔਰ ਛੱਕਾ ਔਰ ਹੋ ਗਈ ਬਾਈ ਪੂਰੀ ਬਾਈ ਸਕੋਰ ਬਾਲਰ ਡਾਕ ਕੇ ਉਹਨੂੰ ਕਹਿੰਦੇ ਆਸਤਾ ਕਰਾਈ ਤੋਤਾ ਮੈਨਾ ਤੋਤਾ ਮੈਨਾ ਲੜਪੋ ਲੜਪੋ ਤੁਸੀਂ ਮੈਚ ਤੇ ਹਰ ਗਏ ਜੇ ਮੈਂ ਲਾ ਲਿਆ ਸਾਹਿਬ ਮੈਚ ਆਊਟ ਹੋ ਗਿਆ ਬਾਈ ਤੇਰੇ ਆਊਟ ਹੋਏ ਹੀ ਹਰਨਾ ਇਹ ਮੈਂ ਓਵਰ ਖੇਲ ਕੇ ਬੱਲਾ ਬਣਾ ਤਾ ਤਦ ਕਰਕੇ ਸੀ ਹਰਨਾ ਲੜਦਾ ਹੋਰ ਨਾ ਲੜ ਮੈਂ ਕਰਕੀਲੀ ਜਿਹੀ ਹੈਗੀ ਲੱਤ ਲੁੱਤ ਲੜ ਜੂਗੀ ਮੈਨੂੰ ਸ਼ੱਕ ਪੈਂਦਾ ਸੀ ਹਰ ਜਾਣਾ ਵਾ ਤੇ ਛੱਕਾ ਮਾਰਦੇ ਜਿੱਤ ਗਏ ਓਏ ਹੋਏ ਹੋਏ ਯਾਰ ਕਿਆ ਸ਼ਹਿਜ਼ਾਦੇ ਨੇ ਗਾਇਬ ਕੀਤਾ ਮਜ਼ਾ ਆਇਆ ਓ ਨਹੀਂ ਨਹੀਂ ਆਪਨੇ ਯਾਰ ਐਕਸ਼ਨ ਹੀ ਨਹੀਂ ਲਿਆ ਯਾਰ ਐਕਸ਼ਨ ਹੀ ਨਹੀਂ ਲਿਆ ਆਪਨੇ ਮਨੀਰ ਆਊਟ ਆ ਮੇਰੀ ਤਾਂ ਸੁਣ ਲਾ ਬੋਲਿਆ ਦੋ ਬਾਲਾਂ ਹੀ ਤਿੰਨ ਹਾਂ ਜਿਹੜਾ ਓਵਰ ਗਿਆ ਸੀ ਉਹ ਨਹੀਂ ਤਿੰਨ ਤਿੰਨ ਓਵਰ ਆ ਦੋ ਬਾਲਾਂ ਵਿੱਚ ਤਿੰਨ ਸਕੋਰ ਬਾਈ ਟੋਪੀ ਘੁਮਾਓ ਫੇਰ ਹੀ ਹੋਣਾ ਟੋਪੀ ਤੇ ਪਾ ਲਈ ਇਹਨੂੰ ਘੁਮਾ ਵੀ ਲਓ ਇਹਨੂੰ ਆਲਾ ਚੱਲ ਭਾਜੋ ਚੋਕਾ ਯਾਰ ਡਬਲ ਡਬਲ ਆ ਫਾਨ ਓਏ ਚੱਕੋ ਨਹੀਂ ਹੋਣਾ ਸਕੋਰ ਫਾਨ ਭਾਜਾ ਬਰਾਬਰ ਕਰ ਲੈ ਬਰਾਬਰ ਚੱਲ ਇੱਕ ਮੈਨੂੰ ਲੱਗ ਰਿਹਾ ਨਹੀਂ ਹੋਣਾ ਪਤਾ ਇੱਧਰ ਯਾਰ ਇੱਕ ਬਾਲ ਚ ਦੋ ਲੱਗਦਾ ਨਹੀਂ ਹੋਣਾ ਮੈਨੂੰ ਇੱਕ ਬਾਲ ਚ ਦੋ ਸਕੋਰ ਇੱਕ ਬਾਲ ਚ ਦੋ ਇੱਕ ਲੈਵਲ ਚ ਇੱਕ ਦੀ ਪੰਜ ਬਾਈ ਛੱਕੇ ਦੀ ਐਕਟਿੰਗ ਨਾ ਕਰੀਓ ਡਬਲ ਲੈ ਕੇ ਤਾਨੀ ਮੂੰਹ ਤੇ ਨਾ ਵੱਜ ਜਾ ਬੱਚਾ ਇਹ ਕੈਮਰਾਮੈਨ ਦਾ ਮੂੰਹ ਤੋੜਨ ਲੱਗੇ ਸੀਗੇ ਅਰਗੇ 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 ਮੈਂ ਦੱਸਿਆ ਸੀ ਇਹਨਾਂ ਨੇ ਮੇਰੇ ਕੋਲ ਬੱਲਾ ਫੜ ਲਈ ਇੱਕ ਓਵਰ 'ਚ ਬਾਈ ਮਾਰਿਆ ਸੀ ਪਹਿਲੀ ਓਵਰ 'ਚ ਅੱਗੋਂ ਚਾਰਾਂ ਜੇ ਇਹਨਾਂ ਦੇ ਕੋਲੋਂ ਅੱਲਾ ਦੀ ਮਿਹਰਬਾਨੀ ਨਾਲ 34 ਹੋਇਆ 37 ਕਰਨਾ ਕਿ 36 ਕਰਨਾ ਸੀਗਾ ਹਾਂਜੀ ਤੇ ਫਿਰ ਦੇਖ ਲਿਆ ਤੁਸੀਂ ਮੈਚ ਹੁਣ ਮੈਂ ਤੁਹਾਨੂੰ ਦੱਸਦਾ ਸੀ ਕਿੱਦਾਂ ਜਿੱਤੇ ਮਨੀਰ ਰੋਲਾ ਪਾਈ ਜਾਂਦਾ ਸੀ ਬਾਈ ਬਾਈ ਸਕੋਰ ਲੱਗਾ ਬਾਈ ਸਕੋਰ ਲੱਗਾ ਐਂਡ ਵਾਲੇ ਓਵਰ 'ਚ ਜਿਹੜਾ ਪਹਿਲਾ ਓਵਰ ਮੈਂ ਖੇਲਿਆ ਦੂਸਰੇ ਮੈਚ ਦਾ ਉਹ ਦੂਸਰੇ ਮੈਚ ਦੇ ਪਹਿਲੇ ਓਵਰ ਦੇ ਵਿੱਚ 24 ਸਕੋਰ ਲਾਇਆ ਸੀਗਾ ਮੈਂ ਉਹ ਕਹਿੰਦਾ ਸੀ ਨਹੀਂ 22 ਲੱਗਾ ਐਂਡ 'ਤੇ ਦੋਵਾਂ ਬਾਲਾਂ 'ਤੇ 3 ਸਕੋਰ ਚਾਹੀਦਾ ਸੀ ਦੋ ਤਾਂ ਮੈਂ ਪਹਿਲੇ ਇਹਨਾਂ ਨੇ ਕੱਟ ਕਰ ਲਿਆ ਵਿੱਚੋਂ ਅਤੇ ਐਂਡ ਵਾਲੀ ਉਹ ਬਾਲ 'ਤੇ ਅਸੀਂ ਸਿੰਗਲ ਕਰ ਲਏ ਅਤੇ ਉਹ ਮੈਚ ਅਸੀਂ ਜਿੱਤਦੇ ਸੀ ਮਤਲਬ ਕਿ ਅਸੀਂ ਉਹ ਜਿੱਤਿਆ ਮੈਚ ਫਿਰ ਹਾਰ ਗਏ
ਇੱਕ ਸਕੋਰ ਤੋਂ। ਲਿਹਾਜ਼ਾ ਹੁਣ ਵੀਡੀਓ ਤੁਸੀਂ ਦੇਖ ਲਈ ਆ, ਕਿੱਦਾਂ ਦੀ ਲੱਗੀ ਆ ਲਾਈਕ ਕਰਕੇ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਕਰ ਦਿਓ, ਆਪਣਾ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਅੱਜ ਵਾਸਤੇ ਇੰਨਾ ਹੀ, ਮੈਨੂੰ ਦਿਓ ਇਜਾਜ਼ਤ, ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਅੱਲਾਹ ਹਾਫਿਜ਼।